ਸਲਾਮ ਅਲੈਕੁਮ ਨਾਜ਼ਰੀਨ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਸਾਡੇ ਭਾਈ ਸ਼ੋਕਾ ਸਾਹਿਬ ਨੇ ਸਟਰਾਬਰੀ ਲਗਾਈ ਹੈ ਨਾ, ਅਤੇ ਬਹੁਤ ਪਰੇਸ਼ਾਨ ਹਨ। ਇੱਕ ਦਿਨ ਫਿਰ ਇਹਨਾਂ ਨਾਲ ਰਾਬਤਾ ਹੋਇਆ, ਇਹਨਾਂ ਨੂੰ ਦੱਸਿਆ ਕਿ ਇਹ ਚੀਜ਼ਾਂ ਇਸਤੇਮਾਲ ਕਰੋ ਅਤੇ ਅੱਲਾ ਬਰਕਤ ਦੇਗਾ ਇਨਸ਼ਾਅੱਲਾ। ਹਾਂਜੀ, ਕੀ ਹਾਲ ਜੇ ਭਾਈ ਸ਼ੋਕਾ? ਠੀਕ ਠਾਕ ਹੋ? ਹਾਂਜੀ, ਠੀਕ ਠਾਕ ਅੱਲਾ ਦਾ ਸ਼ੁਕਰ। ਅਤੇ ਸੁਣਾਓ ਫਿਰ, ਕੀ ਮਹਿਸੂਸ ਕੀਤਾ ਜੇ? ਕੈਸੀ ਤੁਸੀਂ ਫਸਲ ਨੂੰ ਵੇਖ ਰਹੇ ਹੋ? ਪਹਿਲੇ ਤਾਂ ਇਹਦਾ ਬਹੁਤ ਪੋਜੀਸ਼ਨ ਡਾਊਨ ਸਾ ਜੇ। ਬੂਟੇ ਨਾ ਛਾਪਰ ਤੋਂ ਹੀ ਤਾਂ ਨਹੀਂ ਸੁਣਾਉਂਦੇ ਜੇ ਵਿੱਚ ਹੀ, ਜਿਹੜਾ ਨਾ ਥੱਲੇ ਥੱਲੇ ਹਨ, ਕੋਈ ਬੂਟਿਆਂ ਨੂੰ ਹੋਸ਼ ਨਹੀਂ ਸੀ। ਛੋਟੇ ਛੋਟੇ ਬੂਟੇ ਐ ਫਲ ਮਾੜਾ, ਛੋਟੇ ਛੋਟੇ ਦਾਣਿਆਂ 'ਚ ਕੋਕੇ ਜੇ ਬਣ ਗਏ। ਇਹ ਤੁਹਾਡੇ ਕੋਲ ਦਵਾਈ ਲਿਆਂਦੀ ਹੈ, ਜਿਹੜੀ ਤੁਸੀਂ ਫਲੱਡ ਕਰਵਾਈ ਹੈ, ਦਵਾਈ ਅੱਛੀ ਦਿੱਤੀ ਹੈ ਸਾਨੂੰ। ਉਹਦੇ ਨਾਲ ਪੌਦੇ ਬਹੁਤ ਖੂਬਸੂਰਤ ਸੋਹਣੇ ਹੋ ਗਏ ਨੇ, ਦਾਣੇ ਵੀ ਮੋਟੇ ਹੋ ਗਏ ਨੇ, ਪੱਤਰ ਵੀ ਖੂਬਸੂਰਤ ਚੌੜੇ ਚੌੜੇ ਬਣ ਗਏ ਨੇ, ਕਲਰ ਵੀ ਰੰਗ ਠੀਕ ਹੋ ਗਿਆ, ਹਰਾ ਨੇ ਪੀਲੇ ਪੀਲੇ ਜਿਹੇ ਪੱਤੇ ਸਨ ਇਹਨਾਂ ਦੇ, ਠੀਕ ਹੋ ਗਿਆ। ਦਵਾਈ ਤੁਹਾਡੇ ਕੋਲ ਲਿਆਉਣ ਨਾਲ ਬਹੁਤ ਅੱਛੀ ਦਵਾਈ ਮਿਲੀ ਹੈ ਸਾਨੂੰ। ਦਵਾਈ ਦਾ ਨਾਂ ਜ਼ਰਾ ਇੱਕ ਵਾਰੀ ਦੱਸੋ ਨਾ, ਕਿਉਂਕਿ ਤੁਹਾਨੂੰ ਵੀ ਯਾਦ ਹੋਏ ਕਿ ਮੈਂ ਕਿਹੜੀ ਸ਼ੈ ਪਾਈ ਹੈ ਪੈਲੀ ਦੇ ਵਿੱਚ। ਤੁਸੀਂ ਇਸਤੇਮਾਲ ਕੀਤੀ ਅਲਟਰਾਸੋਲ 16x23 ਅਤੇ ਓਰੋਮੇਟ K26। ਬਿਲਕੁਲ, ਇਹ ਦਵਾਈਆਂ ਇਸਤੇਮਾਲ, ਠੀਕ ਹੈ। ਇਸ ਤੋਂ ਪਹਿਲਾਂ ਤਾਂ ਤੁਸੀਂ ਆਪ ਹੀ ਦੱਸਿਆ ਕਿ ਸਾਡੀ ਫਸਲ ਦੀ ਕੰਡੀਸ਼ਨ ਸੀ ਕਿ ਪੱਤਰ ਜਿਹੜੇ ਨਾ ਬਿਲਕੁਲ ਹੀ ਪੀਲੇ ਪੀਲੇ ਜਿਹੇ ਹਨ, ਅਤੇ ਮੈਂ ਦਵਾਈ ਪਾਉਣ ਤੋਂ ਬਾਅਦ ਤੁਸੀਂ ਬਿਹਤਰੀ ਮਹਿਸੂਸ ਕੀਤੀ? ਕਾਫੀ ਬਿਹਤਰੀ ਹੈ, 10-12 ਦਿਨਾਂ ਦੇ ਵਿੱਚ ਕਾਫੀ ਬਿਹਤਰੀ ਹੋਈ ਹੈ, 10-12 ਦਿਨਾਂ 'ਚ ਇੱਕਦਮ ਪੈਰਾਂ 'ਤੇ ਖਲੋ ਗਈ ਹੈ ਫਸਲ, ਠੀਕ ਹੈ। ਮੈਂ ਬੂਟੇ ਜਿਹੜੇ ਤੁਹਾਡੇ ਬਿਲਕੁਲ, ਸਾਨੂੰ ਇਹ ਖਰਚਾ ਕਰਨ ਦਾ ਦਵਾਈ ਹੈ ਪਾਉਣ ਨਾਲ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ। ਅਤੇ ਬੰਦਿਆਂ ਦੇ ਕੀ ਵਿਊ ਹਨ ਜਿਹੜੇ ਉਂਝ ਲੋਕ ਆਉਂਦੇ ਹਨ ਪੈਲੀ ਵੇਖਣ? ਤੁਹਾਡੀ ਤੁਹਾਡੀ ਪੈਲੀ ਬਰਬਾਦ ਹੋ ਗਈ ਹੈ, ਇਹਨੂੰ ਵਾਹੜੋ ਭਾਵੇਂ ਹੈ ਅਤੇ ਕੱਖ ਵੀ ਨਹੀਂ, ਕੋਈ ਹਾਲ ਨਹੀਂ ਇਸ ਪੈਲੀ ਦਾ, ਅਤੇ ਇਹ ਤਾਂ ਬੂਟੇ ਤੁਹਾਡੇ ਬਣਨੇ ਹੀ ਨਹੀਂ ਆ, ਅਤੇ ਐਂਜੀ ਰਹਿ ਜਾਣੇ, ਛਾਂਟ ਮਾਂਟ ਬਣ ਜਾਣੇ ਆ। ਅੱਲਾ ਦਾ ਸ਼ੁਕਰ ਹੈ ਕਿ ਬੜੀ ਸੋਹਣੀ ਬਣ ਗਏ ਨੇ ਸਾਡੇ ਪੌਦੇ, ਬਹੁਤ ਖੂਬਸੂਰਤ ਬਣ ਗਏ ਨੇ, ਇਹ ਦੇਖੋ ਕਿੱਡੇ ਸੋਹਣੇ ਬਣ ਗਏ ਨੇ। ਹਾਂ ਬਿਲਕੁਲ, ਹਰ ਸ਼ੈ ਵਧੀਆ ਹੋ ਗਈ ਹੈ, ਦਾਣੇ ਵੀ ਐਡੇ ਐਡੇ ਮੋਟੇ ਲੱਗਦੇ ਨੇ, ਬਣ ਗਏ ਨੇ, ਸਹੀ ਹੋ ਗਿਆ। ਵੇਖੋ, ਜਦੋਂ ਤੁਹਾਨੂੰ ਮੇਰੇ ਨਾਲ ਰਾਬਤਾ ਕੀਤਾ, ਮੈਂ ਤੁਹਾਨੂੰ ਦੱਸਿਆ ਚੀਜ਼ ਕਰੋ, ਅੱਲਾ ਬਰਕਤ ਦੇਗਾ, ਅਤੇ ਸ਼ੁਕਰ ਅੱਲਾ ਦਾ ਕਿ ਯਾਨੀ ਕਿ ਤੁਸੀਂ 100% ਸੈਟਿਸਫਾਈ ਹੋ ਸਵਾਦ ਐਗਰੋ ਦੇ ਪ੍ਰੋਡਕਟਾਂ ਦੇ ਉੱਤੇ। ਕਾਫੀ ਜ਼ੇਨ ਮੇਰਾ ਬਿਹਤਰ ਹੋ ਗਿਆ, ਮੈਂ ਪਰੇਸ਼ਾਨ ਹਾਂ, ਕਾਫੀ ਜ਼ੇਨ ਹੋਣ ਮੇਰਾ ਬਿਹਤਰ ਕਿ ਮੇਰੀ ਫਸਲ ਠੀਕ ਹੋ ਗਈ ਹੈ। ਠੀਕ ਹੋ ਗਿਆ, ਜ਼ਬਰਦਸਤ, ਇਨਸ਼ਾਅੱਲਾ ਹੁਕਮ ਨਾਲ ਇਸ ਤੋਂ ਵੀ ਜ਼ਿਆਦਾ ਬਿਹਤਰ ਹੋ ਜਾਏਗੀ ਇਨਸ਼ਾਅੱਲਾ। ਜੀ, ਸਟਰਾਬਰੀ ਤੁਹਾਡੇ ਸਾਰੇ ਭਾਈਆਂ ਦੋਸਤਾਂ ਦੇ ਸਾਹਮਣੇ ਵੀ ਬਿਲਕੁਲ, ਇਹਨਾਂ ਨੇ ਪਹਿਲਾਂ ਬਹੁਤ ਜ਼ਿਆਦਾ ਖਾਦਾਂ ਯੂਜ਼ ਕੀਤੀਆਂ ਨੇ, ਮੈਨੂੰ ਦੱਸ ਦੇਣਗੇ ਕਿ ਬੰਦੇ ਨੇ ਆ ਕੇ ਮੈਨੂੰ ਇਹ ਆਖਿਆ ਕਿ ਯਾਰ ਪੈਲੀ ਵਾਹੜ, ਇਹ ਤੇਰਾ ਕੱਖ ਵੀ ਨਹੀਂ ਇੱਥੇ ਹੋਣਾ, ਅਤੇ ਬੜੇ ਪਰੇਸ਼ਾਨ ਹਨ। ਫਿਰ ਇਹਨਾਂ ਨੂੰ ਅਲਟਰਾਸੋਲ 16x23 ਓਰੋਮੇਟ K26 ਉਹ ਫਲੱਡ ਕੀਤਾ 1.5 ਏਕੜ ਦੇ ਵਿੱਚ। ਉਸ ਤੋਂ ਪਹਿਲਾਂ ਫਿਰ ਇੱਕ ਅੱਧੀ ਸਪਰੇਅ ਕੀਤੀ ਸੀ ਅਲਟਮ ਫਾਸ ਦੀ, ਉਸ ਤੋਂ ਬਾਅਦ ਅੱਜ ਜਿਹੜੇ ਇਹਨਾਂ ਨੂੰ ਫਲੱਡ ਜਿਹੜਾ ਹੋਣ ਲੱਗਾ ਇਹਦੇ ਵਿੱਚ, ਇਹਦੇ 'ਚ ਹੋਣ ਲੱਗਾ 13-243 ਪਲੱਸ ਫੋਰਜ, ਅਤੇ ਉੱਤੇ ਸਪਰੇ ਹੋਏਗੀ ਨਨੋਕ ਅਤੇ ਪੋਲੀ ਰੈਮ ਦੀ, ਜਿਹੜਾ ਕੋਈ ਫਲ ਗਲਦਾ ਪਿਆ ਜਾਂ ਜਿਹੜਾ ਸਟ੍ਰੈਸ ਦੇ ਵਿੱਚ ਕੋਈ ਪੌਦਾ ਹੋਏਗਾ ਉਹ ਵੀ ਨਿਕਲ ਜਾਏਗਾ। ਬਾਕੀ ਹੈ ਕਿ ਪੌਦੇ ਵਗੈਰਾ ਤੁਹਾਡੇ ਸਾਰਿਆਂ ਦੇ ਸਾਹਮਣੇ ਨੇ, ਅਲਹਮਦੁਲਿਲਾ ਪੌਦਿਆਂ ਨੇ ਗਰੋਥ ਵੀ ਕੀਤੀ ਹੈ, ਬਿਹਤਰੀਨ ਗਰੋਥ ਕੀਤੀ ਹੈ। ਅੱਗੇ ਦੱਸ ਦੇਣ ਫਿਰ ਰੰਗ ਜਿਹੜਾ ਨਾ ਪੌਦਿਆਂ ਦਾ ਬਿਲਕੁਲ ਇੰਝ ਮੁਰਝਾਏ ਪੱਤੇ, ਅਤੇ ਹੁਣ ਵੇਖੋ ਕਿ ਪੈਲੀ ਦੀ ਕੰਡੀਸ਼ਨ ਵੇਖ ਲਓ ਕਿ ਪਹਿਲਾਂ ਕੀ ਸੀ ਅਤੇ ਹੁਣ ਕੀ ਹੈ। ਮੈਂ ਦੇਖਣਾ ਕਿੰਜ ਸ਼ਾਹਾਂ ਨਵੀਆਂ ਆਉਂਦੀਆਂ ਨੇ ਪੱਤਿਆਂ ਦੇ ਉੱਤੇ, ਸ਼ੈਨੰਗ ਚਮਕ ਬਿਹਤਰੀਨ। ਫਲ ਦੀ ਬੜੋਤਰੀ ਵੀ ਕਾਫੀ ਜ਼ਿਆਦਾ, ਮੈਂ ਨਵੀਂ ਛਾਹਾਂ ਵੀ ਨਿਕਲ ਆਉਂਦੀਆਂ ਨੇ ਚੰਗੀਆਂ।
ਜ਼ਬਰਦਸਤ ਹੋ ਗਿਆ ਹੈ ਵੇਖੋ ਨਾ ਮੈਂ ਨਾ ਇਹ ਕਲਰ ਨਹੀਂ ਸੀ ਹੈ ਪਹਿਲਾਂ ਮੈਂ ਪੀਲਾ ਪੀਲਾ ਜਿਹੜਾ ਪੌਦਾ ਨਿਕਲਦਾ ਸੀ ਹਾਂਜੀ ਜਿਵੇਂ ਪੌਦਾ ਵਿੱਚੋਂ ਨਿਕਲਦਾ ਸੀ ਉਹ ਪੀਲਾ ਪੀਲਾ ਰੰਗ ਸੀ ਠੀਕ ਹੋ ਗਿਆ ਯਾਨੀ ਕਿ ਇਹ ਅਲਟਰਾਸੌਲ ਤੋਂ ਬਾਅਦ ਨਾ ਹਰਾ ਪੱਤਾ ਹੋ ਗਿਆ ਹਰਾ ਪੱਤਾ ਹੋ ਗਿਆ ਸ਼ੈਨੰਗ ਆ ਗਈ ਇਹਦੇ ਉੱਤੇ ਟਾਣੀ ਇਹਦੀ ਮੋਟੀ ਹੋ ਗਈ ਹੈ ਜਿੰਨੀ ਸ਼ਾਖ ਨਿਕਲਦੀ ਹੈ ਮੋਟੀ ਹੈ ਸ਼ਾਖ